ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਏ ਆ ਪਿੰਡ ਰਾਮਗੜ੍ਹ, ਤਹਿਸੀਲ ਨਾਭਾ ਤੇ ਜ਼ਿਲ੍ਹਾ ਬਾਈ ਹੋਰਾਂ ਨੂੰ ਰਹਿ ਜਾਂਦਾ ਸੱਜਣੋ ਪਟਿਆਲਾ। ਕਹਿੰਦੇ ਵੀ ਪਟਿਆਲਾ ਸ਼ਾਹੀ ਸ਼ਹਿਰ ਵੀ ਆ ਤੇ ਜ਼ਿਲ੍ਹਾ ਵੀ ਪਟਿਆਲਾ ਬਾਈ ਹੋਰਾਂ ਨੂੰ। ਨਾਭੇ ਦੇ ਗੇੜੇ ਗੇੜੇ ਪਿੰਡ ਰਹੇਗਾ ਬਾਈ ਹੋਰਾਂ ਦਾ। ਘਰੇਲੂ ਸਿਸਟਮ ਆ, ਘਰੇਲੂ ਪਸ਼ੂ ਨੇ, ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਹੈਗਾ। ਇੱਕ ਤਾਂ ਸਾਹੀਵਾਲ ਵੱਛੀ ਆ ਗੱਭਣ, ਤਕਰੀਬਨ ਸੂਣ ਦੇ ਏੜ ਗੇੜੀ ਆ, ਤੇ ਇੱਕ ਨਾਲ ਹੈਗਾ ਛੋਟੀ ਉਮਰ ਦਾ ਕੱਟਾ, ਉਹਦੀ ਮਾਂ ਦੇ ਦੁੱਧ ਦਾ ਰਿਕਾਰਡ ਵੀ ਚੰਗਾ, ਤੇ ਨਾਲ ਇੱਕ ਹੈਗਾ M29 ਦਾ ਕੱਟਾ। ਇਹ ਬਾਈ ਹੋਰੀ ਲੈ ਕੇ ਆਏ ਦੇ ਸੱਜਣੋ ਹਰਿਆਣੇ ਚੋਂ। ਕੁਆਲਿਟੀ ਤਿੰਨੇ ਪਸ਼ੂਆਂ ਦੀ ਚੈੱਕ ਕਰ ਲਿਓ ਤੇ ਰੇਟ ਆ ਜਿਹੜਾ, ਰੇਟ ਤਿੰਨੇ ਪਸ਼ੂਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ, ਖੋਲ ਕੇ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ, ਤੇ ਬਾਕੀ ਆ ਜਾਓ ਬਾਈ ਨਾਲ ਕਰਾ ਦੇਣਾ ਗੱਲਬਾਤ। ਆ ਜਾਓ ਜੀ, ਇੱਧਰਲੇ ਬੰਨੇ ਆ ਜਾਓ। ਹੋਰ ਬਾਈ ਜੀ, ਠੀਕ ਠਾਕ? ਸਤਿ ਸ਼੍ਰੀ ਅਕਾਲ ਜੀ। ਹਾਂ, ਆਪਣਾ ਨਾਮ ਦੱਸ ਦਿਓ ਜੀ। ਬਲਕਾਰ ਸਿੰਘ ਜੀ, ਬਲਕਾਰ ਸਿੰਘ, ਪਿੰਡ ਪਿੰਡ ਰਾਮਗੜ੍ਹ ਜੀ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ। ਨਾਭੇ ਤੋਂ ਕਿੰਨੀ ਕੁ ਦੂਰ ਆ ਬਾਈ ਪਿੰਡ ਆਪਣਾ? ਨਾਭੇ ਤੋਂ ਪੈ ਜਾਂਦੇ ਤਕਰੀਬਨ 3-4 ਕਿਲੋਮੀਟਰ ਪੈ ਜਾਂਦਾ ਜੀ। 3-4? ਇਹ ਰੋਡ ਤੋਂ ਥੋੜਾ ਹਟਮਾ ਆ ਗਿਆ ਹਨਾ? ਹਟਮਾ ਆ ਗਿਆ ਜੀ, ਇਹ 1/2 ਕਿਲੋਮੀਟਰ। ਨੇੜੇ ਕਿਹੜੇ ਪਿੰਡ ਆ ਗਏ ਆਪਣੇ ਹੋਰ? ਇਹ ਬੌੜਾਂ, ਠੀਕ ਹੈ ਜੀ, ਤੇ ਘਨੁੜਕੀ। ਜ਼ਿਆਦੇ ਮੇਨ ਆ ਗਿਆ ਬੌੜਾਂ। ਬੌੜਾਂ ਜੀ, ਬੌੜਾਂ ਜ਼ਿਆਦੇ ਮੇਨ ਬੌੜਾਂ ਆ ਗਿਆ ਹਨਾ। ਹਾਂ, ਲਾਗੇ ਵਪਾਰ ਦਾ ਤਾਂ ਨਹੀਂ ਕੋਈ ਕੰਮ? ਨਾ ਜੀ, ਨਾ ਵਪਾਰ ਦਾ ਨਹੀਂ। ਘਰੇਲੂ ਨੇ ਜਾਨਵਰ? ਘਰੇਲੂ, ਘਰੇਲੂ ਜੀ। ਠੀਕ ਹੈ, ਗੱਲ ਇੱਥੋਂ ਕਰ ਲਈ ਸਟਾਰਟ ਆ ਵੱਛੀ ਤੋਂ। ਹਾਂ ਜੀ। ਹਾਂ, ਗਹਿਰੀ ਇਹ ਤੇ ਮਾਰਦੇ, ਥੋੜਾ ਪਛਾਣ ਹੋ ਕੇ ਦਿਖਾ ਦੇ, ਕਿਉਂਕਿ ਡਰਦੀ ਆ ਥੋੜਾ ਜਿਹਾ। ਨਸਲ ਬਾਈ ਇਹਦੀ ਆ ਗਈ ਸਾਹੀਵਾਲ, ਹੈ ਨਾ? ਨਸਲ ਇਹਦੀ ਆ ਗਈ ਸੱਜਣੋ ਸਾਹੀਵਾਲ। ਸੂਆ ਕਿਹੜਾ ਜੀ ਇਹਦਾ? ਇਹ ਦੂਜੇ ਸੂਏ ਸੂ ਰਹੀ ਹੈ ਵੀਰੇ। ਦੂਜਾ ਸੂਆ? ਹਾਂਜੀ, ਪਹਿਲਾਂ ਵੀ ਆਪਣੇ ਕੋਲ ਸੀ, ਪਹਿਲਾਂ ਆਪਣੇ ਲਈ ਤੇ ਜੀ ਇਹ। ਆ ਖੋਲ ਕੇ ਤੋਰੀ ਬਾਈ ਇਹਨੂੰ, ਐ ਨੂੰ ਹੋ ਕੇ ਦਿਖਾ ਦੀ ਗਾਰੀ ਪਛਾਣ। ਇਧਰਲੇ ਬੰਨੇ ਆ ਜਾ ਬਾਈ, ਘਬਰਾ ਨਾ ਜਾਵੇ, ਹਨਾ? ਸੂਆ ਦੂਜਾ ਸੂ ਦੀ ਆ, ਪਹਿਲਣ ਬਾਈ ਕਹਿੰਦਾ ਆਪਣੇ ਲਵੀ ਤੀ। ਇਹ ਪਹਿਲਣ ਨੇ ਬਾਈ, ਇਹਨੇ ਦੁੱਧ ਕਿੰਨਾ ਕੁ ਪਾਇਆ? 12 ਲੀਟਰ ਕੱਢਿਆ ਵੀਰੇ ਪਹਿਲਣ ਨੇ, ਪੂਰਾ 12? ਹਾਂ ਵੀਰੇ, 12। ਆ ਦੁੱਧ ਬਾਈ ਕਹਿੰਦਾ ਕੱਢਿਆ 12 ਲੀਟਰ, ਬਸ ਜਿਵੇਂ ਬਸ। ਤੁਹਾਨੂੰ ਮੈਂ ਦੱਸਿਆ ਸੀ ਹਨਾ, ਪਸ਼ੂ ਕਿਉਂਕਿ ਘਰੇ ਹਾਂ ਕੋਈ ਆਉਂਦਾ ਨਹੀਂ, ਥੋੜਾ ਜਿਹਾ ਡਰਦੇ। ਹਾਂ ਵੀਰੇ, ਡਰਦੇ ਨੇ ਉਹਦੇ ਕਰਕੇ, ਡਰਦੇ ਜ਼ਰੂਰ ਨੇ, ਥੋੜਾ ਥੋੜਾ ਜਿਹਾ ਇੱਕ। ਹਿਸਾਬ ਨਾਲ ਜੱਜਮੈਂਟ ਕਰ ਹਾਂ, ਲਿਓ, ਬੋਝ ਕੇ ਲਿਆ ਕੋਈ ਗੱਲ ਨਹੀਂ, ਹਾਂ ਬੋਝ ਕੇ ਮਿਲ ਗਿਆ, ਬੋਝ ਕੇ ਟਕਾਈ ਨਾ ਮੋੜ ਲਿਆ। ਤੇ ਸੂਆ ਦੂਜਾ ਸੂਣ ਚ ਦਿਨ ਕਿੰਨੇ ਕੁ ਕੱਢਦੀ ਬਾਈ? ਵੀਰੇ ਲੈ ਲੂਗੀ ਕੋਈ ਤਕਰੀਬਨ 4-5 ਦਿਨ। ਐ ਨੂੰ ਲਿਆਓ ਦਿਨ ਬਾਈ ਕਹਿੰਦਾ ਸੂਣ ਦੇ ਵਿੱਚ 4 ਤੋਂ 5 ਇਹ ਕੱਢਦੀ ਆ, ਤੇ ਪਹਿਲਣ ਦਾ ਦੁੱਧ ਬਾਈ ਕਹਿੰਦਾ ਕੱਢਿਆ 12-13 ਕਿਲੋ। 12-12 ਜੀ, 12 ਕਿਲੋ। ਹਾਂ, 12 ਕਿਲੋ ਦੁੱਧ ਕੱਢਿਆ ਬਾਈ ਕਹਿੰਦਾ ਪਹਿਲਣ ਨੇ। ਉਹੀ ਗੱਲ ਆ ਵੀ ਪਸ਼ੂ ਥੋੜਾ ਜਿਹਾ ਜਿਵੇਂ ਟੀਕੇ ਟੂਕੇ ਡਾਕਟਰ ਲਾਉਣ, ਹਾਂ ਡਾਕਟਰ ਟੀਕੇ ਲਾ ਕੇ ਗਏ ਨੇ ਵੀਰੇ, ਉਹਦੇ ਕਰਕੇ ਥੋੜੇ ਡਰਦੇ ਨੇ। ਆ ਗਈ ਪਿਓਰ ਸਾਹੀਵਾਲ ਜੀ, ਹੈ ਨਾ ਬਾਈ? ਹਾਂਜੀ ਹਾਂਜੀ। ਚੋਣ ਚ ਕਿਵੇਂ ਆ ਗਰਮ ਵੀਰੇ? ਠੰਡੀ ਸੀਲ, ਪੂਰੀ ਠੰਡੀ ਸੀਲ। ਠੀਕ ਹੈ, ਗੱਲ ਹੱਥ ਉੱਥੇ ਮਰਵਾਲਾਂ ਨਹੀਂ ਲੈਣੇ? ਹਾਂ ਹਾਂ ਵੀਰੇ, ਇੱਥੋਂ ਦਿਖਾ ਦੇ ਗਰੀ ਹੈਗੀ ਆ ਬੱਚੀ, ਬਿਲਕੁਲ ਠੰਡੀ ਸੀਲ ਆ, ਕਿਉਂਕਿ ਸਾਤੋਂ ਥੋੜਾ ਜ਼ਰੂਰ ਡਰਦੀ ਆ। ਉਦਾਂ ਦਿੱਕਤ ਬਾਈ ਕਹਿੰਦਾ ਇੱਕ ਪੈਸੇ ਦੀ ਨਹੀਂ ਹੈਗੀ ਇਹਦੇ ਚ। ਦਿਨ 4 ਤੋਂ 5 ਕੱਢ ਦੂ, ਪਹਿਲਾਂ ਨੇ ਪਾਇਆ ਪੂਰਾ 12 ਲੀਟਰ ਦੁੱਧ। ਇਸ ਵਾਰੀ ਤੁਹਾਡੀ ਸੇਵਾ, ਇਹ ਤੋਂ 12 ਲੈ ਲਿਓ, ਇਹ ਤੋਂ 15 ਲੈ ਲਿਓ, ਇਹ ਬਾਈ 16 ਵੀ ਦੇ ਸਕਦੀ ਆ ਨਾ। ਹਾਂ ਵੀਰੇ, ਹਾਂ। ਸਾਂਭ ਸੰਭਾਲ ਬਾਈ ਦੀ ਚੰਗੀ ਆ, ਬਾਡੀ ਬੂਟੀ ਦੀ ਵੀ ਬੈਠ ਚੰਗੀ ਆ, ਹਰੇਕ ਪੱਖ ਤੋਂ ਚੰਗੀ ਆ ਗਈ ਜੇ ਗੱਲਬਾਤ ਕਰ ਲਈਏ। ਇੱਥੋਂ ਦਿਖਾ ਦੇ ਬਾਈ, ਆਰਡਰ ਬੱਚੀ ਬਹੁਤ ਬਣਾਊਗੀ, ਅਗਲੇ ਬੰਨੇ ਆਰਡਰ ਬਣਾ ਗਈ ਤੇ ਪਛਾਣ ਵਾਲੇ ਬੰਨੇ ਵੀ ਫੁੱਲ ਆਰਡਰ ਬਣਾਊਗੀ। ਕੱਦ ਕਾਠ ਵੀ ਚੰਗਾ ਹੈ ਤੇ ਰੰਗ ਰੂਪ ਦੀ ਵੀ ਸੁਨੱਖੀ ਆ। ਇਹਦਾ ਰੇਟ ਕੀ ਰਹੂਗਾ ਜੀ? ਵੀਰੇ ਮੰਗਣ ਨੂੰ ਜਿੰਨੇ ਮਰਜ਼ੀ 70,000 ਦੀ ਗਊ ਛੱਡ ਦਾਂਗੇ। 70 ਦੀ ਵੱਛੀ ਦੇ ਦਾਂਗੇ, ਉਹਦੇ ਚੋਂ ਛੋਟ ਛੱਪਾ ਜਾ ਕਰ ਦਾਂਗੇ, ਮਾਨਤਾਨ ਹੋ ਜੂ ਵੀਰੇ। ਆ ਮਾਨਤਾਨ, ਛੋਟ ਛੱਪਾ ਬਾਈ ਕਹਿੰਦਾ ਕਰ ਦਾਂਗੇ। ਚਵਾਈ ਕਿਵੇਂ ਦੀ? ਚਵਾਈ ਪੂਰੀ ਵੀਰੇ, 1 ਨੰਬਰ ਫੋਕੀ ਚਵਾਈ। ਹਾਂ ਹਾਂ ਕੋਈ ਵੀਰੇ, ਸਰਲਾ ਛਿੱਟਾ? ਨਾ ਨਾ ਵੀਰੇ, ਕੋਈ ਨਹੀਂ, ਉਸ ਚੀਜ਼ ਦੀ ਆਪਣੀ ਗਰੰਟੀ ਗਰੰਟੀ ਹੈ ਵੀਰੇ, ਗਰੰਟੀ ਹੈ ਇਸ ਚੀਜ਼। ਠੀਕ ਹੈ ਜੀ, ਤੇ ਹੁਣ ਮਾਰਦੇ ਗਰੀ 2 ਨੰਬਰ ਵਾਲੇ ਆ ਕੱਟੇ ਤੇ ਮਾਰਦੇ। ਇਹਦੀ ਉਮਰ ਕਿੰਨੀ ਕਾ ਬਾਈ? ਵੀਰੇ ਇਹਦੀ ਹੈਗੀ ਆ 13 ਕੁ ਮਹੀਨਿਆਂ ਦਾ ਕੱਟਾ। 13 ਦਾ? ਹਾਂ, ਆਪਣੇ ਇਧਰਲੇ ਬੁੱਲ ਦੀ ਆ ਗਿਆ ਹੈ ਮਨਤ। ਹਾਂ ਹਾਂ, ਆਪਦੇ ਕੱਟੇ ਦੀ ਹੈ ਵੀਰੇ ਇਹਦੀ। ਠੀਕ ਹੈ ਗੱਲ। ਹਾਂ, ਇਹਦੀ ਮਾਂ ਦਾ ਦੁੱਧ ਕਿੰਨਾ ਕਾ ਬਾਈ? ਇਹਦੇ ਕੱਢਿਆ ਵੀਰੇ ਆਪਣੇ ਨਾਰਮਲ ਸੇਵਾ ਕੋਈ 15-16 ਲੀਟਰ ਕੱਢਿਆ। ਠੀਕ ਹੈ ਜੀ, ਆਪਣੇ ਲਵੀ ਆ ਉਹਦੀ। ਠੀਕ ਹੈ, ਜੇ ਸੇਵਾ ਤਾੜੀ ਜਾਂਦੀ ਵੀ 1-2 ਕਿਲੋ ਹੋਰ ਵੱਧ ਸਕਦੀ ਹੈ ਵੀਰੇ, ਆਪਾਂ ਦਾ ਨਾਰਮਲ ਸੇਵਾ ਕੋਈ ਉਹ ਨਹੀਂ। ਉਮਰ ਕਿੰਨੀ ਕੁ ਦੱਸੀ ਇਹਦੀ? ਇਹਦਾ 13 ਮਹੀਨੇ ਵੀਰੇ। 13 ਮਹੀਨਿਆਂ ਦੇ ਏੜ ਗੇੜਾ।
ਹਾਂ ਜਦੋਂ ਇੱਧਰ ਨੂੰ ਗਹਿਰੀ ਜਾਊਗਾ ਇੱਥੋਂ ਦਿਖਾ ਦੇਣ, ਥੋੜਾ ਡਰਦੇ ਨੇ ਯਾਰ, ਡਰਦੇ ਨੇ ਵੀਰੇ ਕਰੀ ਭਾਈ ਟੀਕੇ। ਇੱਧਰਲੇ ਬੰਨੇ, ਹਾਂ ਟੀਕੇ ਲੱਗਣ ਕਰਕੇ ਥੋੜਾ ਜਿਹਾ, ਹਾਂ ਇੱਥੋਂ ਟੈਸਟੀਕਲ ਦਿਖਾ ਦੇਣ, ਕਿਉਂਕਿ ਮੇਨ ਇਹਨਾਂ ਦਾ ਟੈਸਟੀਕਲ ਦਾ ਹੀ ਹੁੰਦਾ। ਟੈਸਟੀਕਲਾਂ ਦਾ ਕੱਟਾ ਹੈਗਾ 100 ਦਾ 100, 100 ਨੰਬਰ ਆ ਗਿਆ ਟੈਸਟੀਕਲਾਂ 'ਚ। ਇਹਦਾ ਰੇਟ ਕੀ ਰਹੂਗਾ ਜੀ? ਵੀਰੇ 25,000 ਰੁਪਇਆ ਤੇ ਸ਼ਕੀਨ ਪੂਰਾ, ਹਨਾ ਪੂਰਾ ਪੂਰਾ ਵੀਰੇ, ਕੋਈ ਉਹ ਨਹੀਂ, ਸ਼ਕੀਨ ਪੂਰਾ ਹਰੇਕ ਪੱਖ ਤੋਂ। ਇਹਦਾ ਰੇਟ ਹੈਗਾ ਸਿਰਫ 25,000 ਰੁਪਇਆ, ਮਾਨਤਾਨ ਛੋਟ ਛੱਪਾ ਉਹਦੇ 'ਚ ਹੋ ਜੂ ਵੀਰੇ, ਮੌਕੇ ਤੇ ਹੋ ਜੂ। ਹਾਂਜੀ ਹਾਂਜੀ, ਨੰਬਰ 22 ਦਾ ਵੀਡੀਓ ਚਲਾ ਦੂੰਗਾ ਤੇ ਹੁਣ ਮਾਰ ਦਿਓ ਬੁੱਲ ਤੇ, ਇਹ ਥੋੜੀ ਅੱਜ ਵੀ ਕਰਦਾ ਹਨਾ। ਹਾਂ ਹਾਂ ਵੀਰੇ, ਜਿਵੇਂ ਮੱਝ ਮੁੱਝ ਕਰਕੇ ਕਰਦਾ ਇਹ, ਛੱਡਦੇ ਮੱਝਾਂ ਦੇ ਆਪਾਂ? ਹਾਂ ਵੀਰੇ ਛੱਡਦੇ ਹਾਂ। ਇਹਦੀ ਉਮਰ ਕਿੰਨੀ ਆ ਬਾਈ? ਇਹਦੀ ਵੀਰੇ ਹੈਗੀ ਆ 3.5 ਸਾਲ ਦਾ ਵੀਰੇ, ਸਾਡਾ ਪਤਾ ਸਾਲਕ ਦਾ ਕੱਟਾ ਲੈ ਕੇ ਆਏ ਤੇ ਹਰਿਆਣੇ ਚੋਂ। ਠੀਕ ਹੈ, ਉਹ ਆ ਉਤਾਰ ਦੀ ਬਾਈ ਸੱਟਣ ਵਾਲੇ। ਇਹਦੀ ਉਮਰ ਆ ਗਈ 3.5 ਸਾਲਾਂ ਦੀ। ਹਾਂ ਇਹਦੀ ਉਮਰ, ਉਰਲੇ ਬੰਨੇ ਆ ਜਾ ਕੇ ਦੋਨੇ ਪਾਸੇ ਫੜ ਕੇ ਤੋੜ ਦਿਓ ਬਾਈ, ਬੋਝ ਕੇ ਤੋੜ ਦਿਓ ਇਹਨੂੰ। ਇਹਦੀ ਉਮਰ ਬਾਈ ਕਹਿੰਦਾ ਆ ਗਈ 3.5 ਸਾਲਾਂ ਦੀ, ਤੇ ਸਾਲਕ ਦਾ ਆਪਾਂ ਲੈ ਕੇ ਆਏ। ਹਾਂ ਵੀਰੇ ਸਾਲ ਦਾ ਲਿਆਂਦਾ ਤੇ ਹਰਿਆਣੇ ਚੋਂ। ਠੀਕ ਆ ਜੀ, ਇਹ ਆ ਕਿਹੜੇ ਦਾ ਆਪ ਬਾਈ? M29 ਦਾ ਵੀਰੇ, M29 ਦਾ। ਹਾਂ ਹੁਣ ਦੰਦਾਂ 'ਚ ਕਿਵੇਂ ਹੋ ਗਿਆ ਹੋਊ? ਇਹ ਹੈਗਾ ਵੀਰੇ ਸਿੱਗਾ, ਆ ਟੈਸਟੀਕਲਾਂ ਦਾ ਵੀ ਸਾਫ ਆ ਥੱਲਿਓਂ, ਤੇ ਬਾਡੀ ਦਾ ਵੀ ਚੰਗਾ, ਦੰਦਾਂ 'ਚ ਹੈਗਾ 6 ਦੰਦ, ਤੇ ਆਪ ਸੱਜਣੋਂ ਹੈਗਾ ਇਹ। ਜੇ ਗੱਲਬਾਤ ਕਰ ਲਈਏ ਆਪਾਂ M29 ਦਾ, ਕਿਉਂਕਿ M29 ਦੀ ਉਹੀ ਗੱਲ ਆ ਵੀ ਰਿਜ਼ਲਟ ਚੰਗੇ ਨੇ, ਪੁੱਛ ਕੇ ਕਮਾਲ ਆ ਗਿਆ ਜੀ। ਉਰਲੇ ਬੰਨੇ ਹੋ ਕੇ ਦਿਖਾ ਦੇ, ਇਹ ਇੱਥੋਂ ਦਿਖਾ ਦੇ, ਇੱਥੇ ਰੋਕ ਲਾ ਮਾੜਾ ਜਿਹਾ, ਇੱਥੋਂ ਫੇਸ ਕੁਆਲਿਟੀ 'ਤੇ ਮਾਰ ਦੇ। ਸਿੰਘ ਸੁੰਘ ਆ ਗਿਆ ਬਿਲਕੁਲ, ਬੰਦ ਸਿੰਘ ਬਾਈ ਹੈ ਨਾ, ਸਿੰਘ ਸੁੰਘ ਰਿੰਗ ਸਿੰਘ ਆ ਗਿਆ, ਲੈ ਚੱਲ ਬਾਈ ਇਹਨੂੰ। ਸਿੰਘਾਂ 'ਚ ਆ ਗਿਆ ਬਿਲਕੁਲ ਬੰਦ ਸਿੰਘ ਦਾ, ਅਤੇ ਬਾਡੀ ਦਾ ਚੰਗਾ ਆ ਗਿਆ, ਲੰਬਾ ਲੰਬਾ ਵੀ ਫੁੱਲ ਹੈ ਥੋੜ੍ਹਾ, ਜਿਵੇਂ ਤੁਹਾਨੂੰ ਮੈਂ ਦੱਸਿਆ ਬਾਈ ਕਹਿੰਦਾ ਪਸ਼ੂਆਂ ਦੇ ਡਾਕਟਰ ਟੀਕੇ ਲਾ ਕੇ ਗਏ ਨੇ, ਉਹਦੇ ਕਰਕੇ ਥੋੜ੍ਹਾ ਜਿਹਾ ਕਵਰਾ ਆ ਜਾਂਦਾ ਪਸ਼ੂ ਕਈ ਵਾਰੀ, ਲੰਬਾ ਲੰਬਾ ਕੱਟਾ ਬਹੁਤ ਆ ਗਿਆ, ਲੰਬਾਈ ਲੰਬੂਈ ਫੁੱਲ ਆ ਗਈ, ਦੰਦਾਂ 'ਚ ਹੈਗਾ 6 ਦੰਦ, ਕਿਉਂਕਿ ਹਲੇ ਇਹ ਗਰੋਥ ਅੱਗੇ ਜਿੱਦਾਂ ਹੈ ਨਾ, ਦੰਦਾਂ 'ਚ ਪੂਰਾ ਹੋਊਗਾ, ਗਰੋਥ ਅੱਗੇ ਕੱਟਾ ਕਰੂਗਾ, ਤੇ ਡਾਇਰੈਕਟ ਕਰੋਸਿੰਗ ਤੇ ਛੱਡਿਆ ਹੋਇਆ ਬਾਈ ਵੀਰੇ। 4-5 ਡੰਗਰ ਡੇਲੀ ਦੇ, 4 ਡੰਗਰ ਲਾ। ਹਾਂ ਹਾਂ 4-5 ਡੰਗਰ ਡੇਲੀ ਦੇ ਉਹ ਕਰਦੇ। ਠੀਕ ਹੈ ਗੱਲ। ਹਾਂ ਸਿੰਘ ਆ ਗਿਆ ਬਿਲਕੁਲ ਬੰਦ, ਬਾਡੀ ਦਾ ਵੀ ਚੰਗਾ ਆ ਗਿਆ, ਤੇ ਸੰਭਾਲ ਵੀ ਬਾਈ ਦੀ ਠੀਕ ਹੈ, ਕੋਈ ਜ਼ਿਆਦਾ ਓਵਰ ਫੈਟ ਨਹੀਂ ਹੈ। ਇੱਥੋਂ ਗਹਿਰੀ ਇਹਦੇ ਸਿੰਘਾਂ 'ਤੇ ਮਾਰਦੀ ਫੇਸ ਕੁਆਲਿਟੀ 'ਤੇ ਥੋੜ੍ਹਾ ਬਾਈ, ਖੜੀ ਫੜ ਕੇ ਮਾੜਾ ਜਿਹਾ, ਨੱਥ ਫੜ ਕੇ ਥੋੜ੍ਹਾ ਡਰਦਾ ਹਨਾ, ਬੋਝ ਕੇ ਨੱਥ ਫੜ ਗਏ। ਹਾਂ ਇੱਧਰਲੇ ਬੰਨੇ ਕਰਾ ਦੀ ਮੂੰਹ ਮਾੜਾ ਜਿਹਾ, ਇੱਥੋਂ ਦਿਖਾ ਦੀ ਗਹਿਰੀ। ਸਿੰਘ ਆ ਗਿਆ ਬਿਲਕੁਲ, ਰਿੰਗ ਸਿੰਘ 'ਚ ਆ ਗਿਆ, ਅਤੇ ਇੱਥੋਂ ਲੰਬਾਈ ਲੰਬੂਈ ਵੀ ਦਿਖਾ ਦੀ, ਹਰੇਕ ਪੱਖ ਤੋਂ ਦਿਖਾ ਦੀ। ਇਹਦਾ ਰੇਟ ਕੀ ਰਹੂਗਾ ਬਾਈ? ਵੀਰੇ 1 ਲੱਖ ਰੁਪਈਏ ਦਾ ਦੇ ਦਾਂਗੇ। ਇਹ ਦੇ ਦਾਂਗੇ 1 ਲੱਖ? ਹਾਂ ਲੱਖ ਮਾਨਤਾਨ ਉਹਦੇ 'ਚ ਕਰ, ਮੌਕੇ ਤੇ ਹੋਊਗਾ ਵੀਰੇ। ਆ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ, ਇਹਦਾ ਰੇਟ ਰਹੂਗਾ 1 ਲੱਖ ਰੁਪਈਆ। ਛੱਡਦੇ ਕੋਈ ਨਹੀਂ, ਡਰਦਾ ਥੋੜ੍ਹਾ ਜਿਹਾ, ਇੱਧਰਲੇ ਬੰਨੇ ਆ ਜਾ, ਮੱਛੀ ਵਾਲੇ ਬੰਨੇ। ਨੰਬਰ ਬੋਲ ਦੇ ਬਾਈ ਤੇਰਾ। 99-43। ਹਾਂਜੀ 80-80-7। 99-43-80-80-7 7 ਵੀਰੇ। ਹਾਂ ਇਹ ਸੱਜਣੋ ਬਾਈ ਦਾ ਨੰਬਰ ਆ, ਪਿੰਡ ਹੈਗਾ ਰਾਮਗੜ੍ਹ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ। ਹਾਂ ਇਹਨਾਂ ਤਿੰਨੇ ਪਸ਼ੂਆਂ 'ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ, ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ ਜੀ। ਬਸ।